सही घर बसता चाल के सेत चकरनी सुन के घड़ियाल दुआदा ना वेखना ओ जड़ा कंडिया नू कोई होश ना आवन रादा इन हाशमी राज याद आवणना अज परचा हा इमलाद आ जड़ा बचपन विच उस्ताद पढ़ाया ई अजा याद है सबक बफादा जड़ा बचपन विच उस्ताद पढ़ाया ई अजा याद है सबक बफादा सई असा मैला पानी मीदा है कोई लोड़ देवे कोई झड़ असा मैला पानी मीदा है कोई लोड़ देवे कोई झट छोड़े असा हाशमी पर खबलाटा दे कोई कट छोड़े कोई पट छोड़े हाँ भुगिया लीरा रस्या दे कोई जदन वलेट के वट छोड़े असा वटे हैं जदन खबानिया दे जंद दिल लाके जिने सा सही असल शौकीन दौड़े दे बड़े अजीज शौकीन है ज्यादातर असी ਜਿਹੜੇ ਅਸੀਂ ਜੰਗ ਦੇ ਸ਼ਾਇਰ ਹਾਂ ਬਲਕਿ ਅਸੀਂ ਮੱਸਣ ਵਾਲੇ ਅਸੀਂ ਦੋੜਾ ਜ਼ਿਆਦਾ ਲਿਖਿਆ ਹੈ ਬਾਕੀ ਸਨਫਾਂ ਵੀ ਹਨ ਸਾਰੀਆਂ ਲਿਖੀਆਂ ਨੇ ਮਾਸ਼ਾ ਅੱਲਾਹ ਲੇਕਿਨ ਦੋੜੇ ਦਾ ਸਾਨੂੰ ਲਿਖਣ ਦਾ ਵੀ ਸ਼ੌਕ ਆਈ ਔਰ ਸਾਡੇ ਇਲਾਕੇ ਦੇ ਵਿੱਚ ਜ਼ਿਆਦਾਤਰ ਮੁਸ਼ਾਇਰੇ ਅਤੇ ਫਰਮਾਇਸ਼ ਵੀ ਦੋੜੇ ਦੀ ਹੁੰਦੀ ਆਈ ਸਹੀ ਤਵੱਜੋ ਕਰੇ ਸੋ ਹਾਂ ਫਰਮਾਇਸ਼ ਹੋਈ ਆਈ ਸਲੈਕੀ ਦੇ ਅੰਦਾਜ਼ ਦੀ ਸ਼ੂਜਬਾਦੀ ਤੇ ਅਸੀਂ ਮੁਸ਼ਾਇਰਾ ਪੜ੍ਹ ਰਿਹਾ ਸੀ ਤੇ ਮੈਂ ਉਹਨਾਂ ਨੂੰ ਆਖਿਆ ਡਾਕਟਰ ਸਾਹਿਬ ਤੁਹਾਨੂੰ ਸਾਡੀ ਪੰਜਾਬੀ ਨਾਲ ਕੋਈ ਦਿਲਚਸਪੀ ਜਾਂ ਮੁਹੱਬਤ ਨਹੀਂ ਹੈ ਸਾਨੂੰ ਕਿਸੇ ਜ਼ਬਾਨ ਨਾਲ ਕੋਈ ਮੁਖਾਲਫਤ ਨਹੀਂ ਹੈ ਸਰਾਇਕੀ ਅੰਦਾਜ਼ ਹੈ ਸਿੰਧੀ ਹੈ ਪਸ਼ਤੋ ਹੈ ਕੋਈ ਵੀ ਹੈ ਅਦਬ ਦੇ ਵਿੱਚ ਸਾਨੂੰ ਕਿਸੇ ਜ਼ਬਾਨ ਨਾਲ ਇਖਤਲਾਫ ਨਹੀਂ ਲੇਕਿਨ ਅਸੀਂ ਤੁਹਾਡੀ ਜ਼ਬਾਨ ਨਾਲ ਤੁਹਾਡੇ ਲਹਿਜੇ ਨਾਲ ਮੁਹੱਬਤ ਕਰਨੇ ਹੈ ਅਤੇ ਉਸਦਾ ਜ਼ਿੰਦਾ ਸਬੂਤ ਜਾ ਕੇ ਰੱਖ ਕੇ ਉਸਦਾ ਕੀ ਸਬੂਤ ਹੈ ਤੁਹਾਡੇ ਕੋਲ ਮੰਨਦੇ ਹੋ ਸਾਨੂੰ ਜਾਂ ਨਹੀਂ ਮੈਂ ਕਿ ਅਸੀਂ ਇਤਨਾ ਮੰਨਿਆ ਹੈ ਕਿ ਭਾਈਵਾਲ ਇਵੇਂ ਕਹਿ ਗਾਲ ਕਨੇ ਲਾ ਨਾਲ ਮੇਡੇ ਅਣਬਣ ਬਹਿ ਮੈਂ ਕਿ ਲਹਿਜੇ ਦੇ ਵਿੱਚ ਕੋਈ ਥੋੜ੍ਹਾ ਘਣਾ ਕੋਈ ਮਸਲਾ ਹੋਵੇ ਤਾਂ ਜੋ ਕਿ ਸਾਡਾ ਪੰਜਾਬੀ ਹੈ ਲੇਕਿਨ ਕੋਸ਼ਿਸ਼ ਵੇਖ ਲਓ ਜਾਂ ਮੁਹੱਬਤ ਵੇਖ ਲਓ ਇਹਨੂੰ ਮਨਸੂਰ ਮਲੰਗੀ ਨੇ ਗਾਇਆ ਜੀ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਕਿ ਭਾਈਵਾਲ ਇਵੇਂ ਕਹਿ ਗਾਲ ਕਨੇ ਲਾ ਨਾਲ ਮੇਡੇ ਅਣਬਣ ਬਹਿ ਗਏ ਵੱਲ ਜੂਣ ਕਬੂਰ ਨਸੀਬਾਂ ਦਾ ਮੇਡੀ ਆਸ ਦਾ ਛੰਬਣ ਵਣ ਬਹਿ ਗਏ ਕਿਵੇਂ ਹਸ਼ਮੀ ਆਪਣੀ ਹੰਜ ਚ ਲੁੜਦਾ ਹੈ ਮੇਡਾ ਕਰਨ ਦੁਰੇਡਾ ਕਣ ਬਹਿ ਗਏ ਇਵੇਂ ਹੱਥ ਜੋ ਹਲਿਆ ਸੋਚਾਂ ਦਾ ਮੇਡੇ ਸਿਰ ਤੇ ਗਣ ਦਾ ਗਣ ਬਹਿ ਗਏ ਮੈਂ ਕਿਹਾ ਜੀ ਤਵੱਜੋ ਕਰੇ ਸੋ ਤੇ ਕੁਨੇ ਬਾਣੀ ਵੱਲ ਕਿਆ ਥੀ ਗਏ ਜੇ ਕੋ ਬਾਂਧੀ ਹਮ ਉਹ ਕੋ ਬਾਹ ਨਿਮ ਗਈ ਤੇ ਕੁ ਨਿਮ ਭਾਂਦੀ ਵੱਲ ਕਿਆ ਥੀ ਗਏ ਜੇ ਕੋ ਭਾਂਦੀ ਹਮ ਉਹ ਕੋ ਬਾਹ ਨਿਮ ਗਈ ਵੱਲ ਹਾਸ਼ਮੀ ਚੂਬ ਪੁਰਾਣੀ ਵਾਂਗੂ ਉਹਦੇ ਪੇਰ ਚ ਥਾਰ ਬਣਾ ਨਿਮ ਗਈ ਉਹਦੇ ਪੇਰ ਚ ਥਾਰ ਬਣਾ ਨਿਮ ਗਈ ਮੈਂ ਜਾਗਦੀ ਨੋਕੇ ਟੋਕੇ ਤੂੰ ਵੱਲ ਆਪ ਕੋ ਆਪ ਲੁਕਾ ਨਿਮ ਗਈ ਭਾਵੇਂ ਔਖਾ ਪਾਂਧਾ ਔਝਣਾ ਦਾ ਰੁੱਲ ਪੁੱਲ ਕੇ ਬੱਤਣ ਤੇ ਆ ਨਿਮ ਗਈ ਕਿਉਂਕਿ ਸਾਡਾ ਕਿਸੇ ਜ਼ਬਾਨ ਨਾਲ ਇਖਤਲਾਫ਼ ਨਹੀਂ ਅਸੀਂ ਜੋ ਅਦਬ ਦੀ ਖਿਦਮਤ ਕਰ ਰਿਹਾ ਸਾਨੂੰ ਥਾਲ ਸਹੀ